ਸੋ ਹੇ ਗਾਇਜ਼ ਵੈਲਕਮ ਬੈਕ ਟੂ ਆਵਰ ਚੈਨਲ। ਸੋ ਗਾਇਜ਼ ਕਿੱਦਾਂ ਯਾਰ, ਸਾਰੇ ਜਣੇ ਠੀਕ ਹੋ? ਹੋਪਫੁਲੀ ਯਾਰ ਸਾਰੇ ਜਣੇ ਵਧੀਆ ਹੋਗੇ। ਯਾਰ ਮੈਨੂੰ ਪਤਾ ਵਾ ਯਾਰ, ਤੁਸੀਂ ਸਾਰੇ ਬਹੁਤ ਘੈਂਟ, ਬਹੁਤ ਸੋਹਣੇ, ਬਹੁਤ ਹਾਂ ਮੇਰੇ ਸਬਸਕ੍ਰਾਈਬਰ ਹੋਣਾ ਤੁਸੀਂ ਤਾਂ ਕਰਕੇ। ਸੋ ਸਭ ਤੋਂ ਪਹਿਲੀ ਗੱਲ, ਨਮਸਕਾਰ ਹੈ ਜੀ ਸਭ ਨੂੰ। ਤੇ ਸਭ ਤੋਂ ਪਹਿਲਾਂ ਆਪਾਂ ਦੋ ਇੰਪੋਰਟੈਂਟ ਗੱਲਾਂ ਕਰ ਲੈਂਦੇ ਹਾਂ। ਸਭ ਤੋਂ ਇੰਪੋਰਟੈਂਟ ਗੱਲ ਇਹ ਹੈਗੀ, ਯਾਦਵੀ ਦੀ ਜਿਹੜੀ ਡਰੈਸਿੰਗ ਵਾਲਾ ਸਿਸਟਮ ਹੈ, ਜੋ ਵੀ ਉਹਨਾਂ ਦਾ ਔਨਲਾਈਨ ਕੰਮ ਹੈ, ਜਿਹੜਾ ਵੀ ਔਨਲਾਈਨ ਵਰਕ ਹੈ ਜੋ ਉਹਨਾਂ ਦਾ, ਉਹ ਜਲਦ ਤੋਂ ਜਲਦ ਹੋਣ ਲੱਗਾ ਵਾ ਸ਼ੁਰੂ। ਸੋ ਸਾਰੇ ਜਿਹੜੇ ਵਲੌਗ ਮਿਸ ਨਾ ਕਰੀਓ, ਸਪੈਸ਼ਲੀ ਗਰਲ ਤੇ ਮੁੰਡੇ ਵੀ। ਯਾਰ ਤੁਸੀਂ ਯਾਰ ਆਪਣੀ ਮਾਵਾਂ ਨੂੰ ਤਾਂ ਗਿਫਟ ਕਰੋਗੇ ਨਾ ਕੱਪੜੇ, ਆਪਣੀਆਂ ਸਹੇਲੀਆਂ ਨੂੰ ਵੀ ਤਾਂ ਕਰੋਗੇ ਹੀ ਨਾ। ਸੋ ਇਸ ਕਰਕੇ ਮੈਂ ਤਾਂ ਤੁਹਾਨੂੰ ਇਹੀ ਕਹਾਂਗਾ ਕਿ ਮੇਰੇ ਸੱਜਣ ਪਿਆਰੋ, ਨਾ ਤੋੜ ਦੇ, ਤੋੜ ਦੇ ਭਾਈ, ਉੱਪਰ ਦਾ ਵੀਡੀਓ ਚੱਲਦਾ ਨਾ, ਕੋਈ ਗੱਲ ਨਹੀਂ, ਤੂੰ ਕੁਛ ਨਹੀਂ ਯਾਰ, ਉਹਨਾਂ ਨੂੰ ਕੋਈ ਪ੍ਰੋਬਲਮ। ਸੋਰੀ ਭਾਈ, ਭਾਈ ਸੋਰੀ, ਆਪਣੇ ਅਸਲੀ ਰੂਪ ਚ ਆ ਜਾ, ਬੋਰ ਹੁੰਦੇ ਪਏ ਸਾਰੇ ਭਾਈ, ਮੇਰੇ ਗਾੜ ਹੋਏ ਦੇ, ਮੈਂ ਬਹੁਤ ਪਰੇਸ਼ਾਨ ਆ ਗਾਈਜ਼, ਤੁਹਾਡੇ ਵੀ ਹੋਏ ਦਰਦ, ਸਮਝ ਸਕਦਾ ਮੇਰੇ ਵੀ ਗਾੜ ਹੋ ਗਿਆ ਵਾ, ਪਿੰਪਲ ਹੋ ਗਿਆ। ਜਿਹੜਾ ਗਾੜ ਹੋਣ ਜਿਹੜੀ ਜਗ੍ਹਾ ਤੇ ਹੋਇਆ ਨਾ, ਉਹ ਜਗ੍ਹਾ ਬਹੁਤ ਦਰਦਨਾਕ ਆ, ਨਾ ਬੈਠਿਆ ਜਾਂਦਾ ਨਾ ਟੱਟੀ ਕੀਤੀ ਜਾਂਦੀ ਹੈ, ਨਾ ਵੈਰੀ ਵੈਰੀ ਡੇਂਜਰਸ। ਸੋ ਮੈਂ ਤੁਹਾਨੂੰ ਇਹੀ ਸਲਾਹ ਦਵਾਂਗਾ, ਉਹ ਸਲਾਹ ਕਹਿੰਦਾ ਮੈਂ। ਉਹ ਦੂਜੀ ਗੱਲ, ਵਲੌਗ ਕਈਆਂ ਨੇ ਕਿਹਾ ਕਿ ਬੋਰਿੰਗ ਹੁੰਦੇ ਪਏ, ਕਈਆਂ ਨੇ ਕਿਹਾ ਟਾਈਮ ਸਿਰ ਨਹੀਂ ਆਉਂਦੇ ਪਏ, ਪਹਿਲਾਂ ਦੋ ਸੀਗੇ, ਡੱਲ ਬਾਈ ਆ ਚੁੱਕਾ, ਉਹਨੂੰ ਇਗਨੋਰ ਆਪਾਂ ਗੱਲ ਕਰੀਏ, ਹਾਂ ਇਗਨੋਰ ਕਰਤਾ ਆਪਾਂ, ਅੱਗੇ ਵਧਦੇ ਤਾਂ ਕਿ ਹਾਂ, ਕਈਆਂ ਨੇ ਕਿਹਾ ਦੋ ਵਲੌਗ, ਪਹਿਲੇ ਚਾਰ ਵਲੌਗ ਆਤੇ ਤੇ ਆਪਾਂ ਦੋ ਕਰ ਦਈਏ, ਆਪਦਾ ਡਾਲ ਕੇ, ਏਦਾਂ ਦਾ ਕੁਛ ਨਹੀਂ ਹੈਗਾ ਮੇਰੇ ਸੱਜਣ ਪਿਆਰਿਓ। ਦੇਖੋ ਗੱਲ ਇਸ ਤਰ੍ਹਾਂ ਵਾ, ਘਰ ਦੇ ਵਿੱਚ ਹੈਗਾ ਭੀੜ ਭੜੱਕੇ ਵਾਲਾ ਸਿਸਟਮ। ਦੂਜੀ ਗੱਲ, ਗੁੜੀਆ ਹਜੇ 6 ਮਹੀਨੇ ਦੀ ਨਹੀਂ ਹੋਈ, ਤੇ ਸਾਰਾ ਮੰਮੀ ਦਾ ਨਾ ਧਿਆਨ ਹੈਗਾ ਗੁੜੀਆ ਵੱਲ, ਜਾਦੂ ਦਾ ਧਿਆਨ ਹੈਗਾ ਵਾ ਗੁੜੀਆ ਵੱਲ, ਸੋਨਾ ਧਿਆਨ ਹੈਗਾ ਗੁੜੀਆ ਵੱਲ, ਸਾਡਾ ਵੀ ਗੁੜੀਆ ਵੱਲ ਹੈਗਾ ਵਾ, ਪਰ ਸਾਡਾ ਵਲੌਗਿੰਗ ਵੱਲ ਨਹੀਂ ਹੈਗਾ। ਹੁਣ ਰਹਿ ਗਈ ਗੱਲ ਵਲੌਗਿੰਗ, 25 ਤਰੀਕ ਨੂੰ ਕੀ ਹੈ, ਕੀ ਹੈ ਜਨਮ ਦਿਵਸ ਕਿਹਦਾ, ਦੁਨੀਆ ਦੇ ਸਭ ਤੋਂ ਮਹਾਨ ਵਿਅਕਤੀ ਦਾ? ਯੈਸ, ਮੇਰਾ ਮੇਰਾ ਬਰਥਡੇ ਆ 25 ਤਰੀਕ ਨੂੰ, 25 ਅਪ੍ਰੈਲ ਨੂੰ ਮੇਰਾ ਬਰਥਡੇ ਹੈਗਾ। ਅਗਰ ਤੁਸੀਂ ਮੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਹੋ ਜਾਂ ਮੈਨੂੰ ਗਿਫਟ ਦੇਣਾ ਚਾਹੁੰਦੇ ਹੋ, ਯੈਸ ਯੂ ਕੈਨ। ਗਿਫਟ ਵਿੱਚ ਇੱਕ ਫਲੈਟ ਚਾਹੀਦਾ? ਨਹੀਂ ਨਹੀਂ, ਮਜ਼ਾਕ ਲੱਗਾ, ਇੱਕ ਓਡੀ ਮਜ਼ਾਕ ਲੱਗਾ, ਤੁਸੀਂ ਸਰ ਨਹੀਂ ਚਾਹੀਦਾ, ਉਹਨਾਂ ਦਾ ਪਿਆਰ ਚਾਹੀਦਾ ਮੈਨੂੰ ਬਸ। ਓਹੋ, ਜਿਹੜੀ ਦੀ ਲਾਈਨ ਕਵਰ ਕਰਦੇ ਵੀ ਹੋਣਾ, ਨਹੀਂ ਨਹੀਂ ਮਨ ਤੇ ਬੋਲਦਾ ਮੈਂ, ਮਨ ਮੇ ਲੱਡੂ ਫੂਟ ਰਹਾ ਹੈ। ਸੱਚ ਕਹਦਾ ਫਿਰ, ਕਹਿ ਦੋ ਦੇ ਦਿਓ ਫਲੈਟ, ਦੇ ਦਿਓ ਫਿਰ। ਨਹੀਂ ਮੈਂ ਮਜ਼ਾਕ ਕਰਦਾ, ਮੈਂ ਤੁਹਾਡੇ ਸਾਰਿਆਂ ਦੇ ਪਿਆਰ ਤੇ ਦੁਆਵਾਂ ਚਾਹੀਦੀਆਂ ਵਾ। 25 ਤਰੀਕ ਨੂੰ ਮੇਰਾ ਬਰਥਡੇ, ਉਸ ਤੋਂ ਬਾਅਦ ਮੇਰੇ ਹਿਸਾਬ ਨਾਲ ਸਾਰਿਆਂ ਨੇ ਆਪਣੇ ਆਪਣੇ ਘਰ ਚੱਲ ਜਾਣਾ ਵਾ, ਲਾਈਕ ਦੀਦੀ ਨੇ, ਡਾਲਰ ਨੇ, ਕਿਉਂਕਿ ਏਦਾਂ ਘਰੇ ਗੱਲ ਹੋ ਰਹੀ ਸੀ, ਥੋੜਾ ਬਹੁਤਾ ਸੁਣਨ ਚ ਆਇਆ। ਉਸ ਤੋਂ ਪਹਿਲਾਂ ਆਪਾਂ ਕਿਤੇ ਘੁੰਮਣ ਫਿਰਨ ਦਾ ਪਲਾਨ ਬਣਾਵਾਂਗੇ, ਉਹ ਤੁਹਾਨੂੰ ਫੋਰ ਸ਼ੋਰ ਵਲੌਗ ਦੇਖਣ ਨੂੰ ਮਿਲੂਗਾ। ਫਿਲਹਾਲ ਉਹਨੀ ਦੇਰ ਲਈ ਇਹਨਾਂ ਚੋਂ ਕੁਛ ਨਹੀਂ ਹੈ, ਥੋੜਾ ਐਡਜਸਟ ਕਰ ਲਓ, ਥੋੜਾ ਜਿਹਾ ਜਿੱਥੇ ਨਾ ਐਡਜਸਟ ਕਰ ਲੈ ਯਾਰ, ਤੇ ਥੋੜਾ ਜਿਹਾ ਹੋਰ ਐਡਜਸਟ ਕਰ ਲਓ, ਨਹੀਂ ਐਡਜਸਟ ਕਰ ਲਓ ਮੈਂ ਡੇ ਦੇ ਇੰਨਾ ਬਸ, ਠੀਕ ਹੈ। ਸੋ ਹੁਣ ਆਪਾਂ ਚੱਲਾਂਗੇ, ਬਸ ਇਹ ਦੋ ਗੱਲਾਂ ਕਰਨੀਆਂ ਸੀ। ਹਾਂ, ਤੀਜੀ ਗੱਲ ਇਹ ਕਿ ਮਤਲਬ ਰਾਤ ਨੂੰ ਗੁੱਡ ਲੱਕ ਹੋਇਆ ਪਿਆ ਪ੍ਰੋਪਰ, ਇਸ ਟਾਈਮ ਆਪਾਂ ਹੈਗੇ ਆ ਰਾਜੇ, ਰਾਜੇ ਆਪਾਂ ਹੈਗੇ ਏਟੀਐਮ ਦੇ ਬਾਹਰ, ਪੈਟਰੋਲ ਪੰਪ ਆਪਾਂ ਖੜੇ ਆ, ਏਟੀਐਮ ਚ ਪੈਸੇ ਕਢਾ ਆ ਗਏ, ਤੇ ਆਪਾਂ ਘਰ ਦੇ ਨੂੰ ਕਰਾਉਣ ਲੱਗੇ ਬ੍ਰੇਕਫਾਸਟ, ਤੇ ਬ੍ਰੇਕਫਾਸਟ ਕਰਾਉਂਦੇ ਕਰਾਉਂਦੇ ਉਹਨਾਂ ਨੂੰ ਉਹ ਚਟਪਟੇ ਨਾਲ ਥੋੜੀ ਆ ਤਾਨੇ ਵੀ ਕਰਨੇ ਆ ਨਾ, ਕਿ ਜੀਓ ਸਾਡੇ ਸਿਰ ਤੇ ਖਾਓ, ਅੰਜੂ ਆਪਣੇ ਨਾ ਲੋੜ ਵਾਲੇ ਰੂਪ ਚ ਭਾਈ ਭੁੱਖ ਲੱਗੀ ਦੀ ਅਜੇ ਸਵੇ ਹੋ ਗੱਲਾਂ। ਓਕੇ, ਸੋ ਗਾਈਜ਼ ਫਿਲਹਾਲ ਆਪਾਂ ਜੋ ਵੀ ਅੱਗੇ ਕਰਦੇ ਤੁਹਾਨੂੰ ਦਿਖਾਉਂਦੇ ਆ, ਫੋਰ ਸ਼ੋਰ ਤੁਸੀਂ ਲਾਈਕ ਕਰਤੀ ਹੋਣੀ ਵੀਡੀਓ, ਅਗਰ ਤੁਸੀਂ ਨਹੀਂ ਕੀਤੀ ਮੈਂ ਤੁਹਾਨੂੰ ਰਿਮਾਈਂਡ ਕਰਤਾ ਕਿ ਲਾਈਕ ਕਰ ਦਿਓ, ਲਾਈਕ ਕਰ ਦਿਓ, ਤੇ ਇਹ ਦੁੱਖਾ ਨਹੀਂ ਲੱਗਾ, ਇਹ ਦੁੱਖਾ ਨਹੀਂ ਲੱਗਾ, ਇਹਨੂੰ ਲਾਈਕ ਕਰੋ, ਲਾਈਕ ਕਰੋ, ਲਾਈਕ ਕਰੋ, ਆ ਮਿਲਦੇ ਤੁਹਾਨੂੰ ਹੁਣ ਸੱਜੇ ਆ ਕੇ। ਗਾਈਜ਼ ਦੇਖੋ ਮੈਂ ਕਿੰਨਾ ਫਰੈਂਕ ਹੋ ਗਏ, ਕਿੱਦਾਂ ਦੇ ਕੱਪੜੇ ਪਾ ਕੇ, ਦੇਖੋ ਮੈਂ ਮਾਰਕੀਟ ਦੇ ਵਿੱਚ ਆ ਗਾਈਜ਼, ਮੈਂ ਮਾਰਕੀਟ ਦੇ ਵਿੱਚ, ਤੁਸੀਂ ਦੇਖੋ ਗਾਈਜ਼ ਮੈਂ ਇਸ ਟਾਈਮ ਲੱਗਾ ਪ੍ਰੀ ਸੁਪਰਸਟਾਰ। ਕੈਸੇ ਹੋ ਰਿਐਕਸ਼ਨ ਲਾਓ ਪਬਲਿਕ ਦਾ, ਮੈਂ ਨਹੀਂ ਲੈਣਾ ਦੁੜੀਆਗਾ, ਇਹ ਮਾਰਕੀਟ ਕਿਹੜੀ ਲੱਗੀ ਹੋਈ ਹੈ, ਉਹ ਦੇਖੋ ਆਇਓ ਰੇਟ ਪੁੱਛੀ ਕੱਪੜਿਆਂ ਦੇ, ਓਏ ਯਾਰ ਆਹ ਪੁੱਛੀ ਤੇ ਸਹੀ ਹੁੰਦਾ, ਮੈਂ ਲੈ ਲੈਣੇ ਫੇਰ ਨਾ, ਮੈਨੂੰ ਵੀ ਲੈ ਲੈਣੇ ਆ, ਚਲੋ ਇੱਧਰ ਦੇ ਕੱਪੜੇ ਪਾ ਕੇ ਟਰਾਈ ਕਰਨੇ ਚਾਹੀਦੇ, ਆਇਓ ਭਾਈ ਉੱਧਰ ਟੀ-ਸ਼ਰਟ ਲੱਗੀ ਹੈ, ਪਹਿਲਾਂ 200 200 200 200 ਮੈਨੂੰ ਬੈਲ ਬੋਟਮ ਪੈਂਟ ਚਾਹੀਦੀ ਹੈ। ਸੋ ਗਾਇਜ਼ ਇੱਥੇ ਕੱਪੜੇ ਏਦਾਂ ਲੱਗੇ ਹੋਏ, ਆਪਾਂ ਮਜ਼ਾਕ ਕਰਦੇ ਹਾਂ ਪਰ ਆਪਾਂ ਆਏ ਹਾਂ 24/7 ਸਭੇ ਤੇ। ਸੋ ਅੱਗੇ ਬਹੁਤ ਜ਼ਿਆਦਾ ਰਸ਼ ਹੈ, ਪਤਾ ਨਹੀਂ ਕੀ ਚੱਕਰ ਆ ਉੱਥੇ, ਹਾਂ ਇਹੀ ਤਾਂ ਟੀ-ਸ਼ਰਟ ਹੈ ਕੱਪੜੇ ਸਟੋਰ ਕਿਹੜਾ ਰਿਹਾ ਯਾਰ, ਮੈਂ ਪਾਣੀ ਹੈ।
ਫਟਾਫਟ ਖਾਈਏ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਫਾਈਨਲੀ ਆਪਾਂ ਖਾ ਪੀ ਕੇ ਹੋ ਗਏ ਫ੍ਰੀ ਤੇ ਆਪਾਂ ਘਰ ਦੇ ਵਾਲੀ ਬ੍ਰੇਕਫਾਸਟ ਮੈਂ ਕਿਹਾ ਕਿ ਕ੍ਰਿਸਪੀ ਤੋਂ ਨਾਨ ਹੀ ਲੈ ਜਾਂਦੇ ਹਾਂ ਹੁਣ ਕ੍ਰਿਸਪੀ ਤੋਂ ਨਾਨ ਆਪਾਂ ਕਰਾਤੇ ਉਹਨਾਂ ਲਈ ਪੈਕ ਤੇ ਦੋ ਆਲੂ ਵਾਲੇ ਨਾਨ ਇੱਕ ਗੋਭੀ ਵਾਲਾ ਤੇ ਇੱਕ ਜਿਹੜਾ ਮਿਰਚਾਂ ਵਾਲਾ ਸੋ ਗਾਇਸ ਇਹ ਆਪਾਂ ਉਹਨਾਂ ਲਈ ਪੈਕ ਕਰਾਤਾ ਵਾ ਇਹ ਜਾ ਕੇ ਆਪਾਂ ਉਹਨਾਂ ਨੂੰ ਦਾਨ ਕਰਨਾ ਵਾ ਗਰੀਬਾਂ ਨੂੰ ਤੇ ਫਿਲਹਾਲ ਉਸ ਤੋਂ ਬਾਅਦ ਹਾਂ ਮੈਂ ਦੋ ਸਿਮਾਂ ਵੀ ਲੈਣੀਆਂ ਵਾ ਜੇ ਬਿਕੋਜ਼ ਜਿਹੜਾ ਬਿਜ਼ਨਸ ਹੁਣ ਹੋਣ ਲੱਗਾ ਨਾ ਉਸ ਦੇ ਵਿੱਚ ਇੱਕ ਨੰਬਰ ਯਾਦਵੀ ਨੂੰ ਚਾਹੀਦਾ ਤੇ ਇੱਕ ਨੰਬਰ ਮੰਮੀ ਨੂੰ ਚਾਹੀਦਾ ਵਾ ਸੋ ਦੈਟਸ ਵਾਈ ਸੋ ਐਨੀ ਹਾਓ ਪਹਿਲਾਂ ਆਪਾਂ ਸੋਰੀ ਆਪਣਾ ਬ੍ਰੇਕਫਾਸਟ ਪੈਕ ਕਰਾ ਲਈਏ ਦੈਨ ਉਸ ਤੋਂ ਬਾਅਦ ਘਰ ਜਾ ਕੇ ਸਭ ਨੂੰ ਡਿਸਟ੍ਰੀਬਿਊਟ ਕਰਦੇ ਹਾਂ ਕਲਪਾਨੇ ਸਭ ਨੂੰ ਐਜ਼ ਆਲਵੇਜ਼ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਸੋ ਜਿੱਦਾਂ ਤੁਹਾਨੂੂੰ ਘਰ ਜਾ ਕੇ ਮਿਲਦੇ ਆ ਫਾਈਨਲੀ ਆਪਾਂ ਘਰ ਆ ਗਏ ਤੇ ਘਰ ਆ ਕੇ ਪਲਕ ਤੇ ਗੁੜੀਆ ਇੱਥੇ ਮੈਂ ਇਹਨਾਂ ਨੂੰ ਦੇਖ ਸਕਦਾ ਲਾਈਵ ਤੇ ਦੀਦੀ ਹਜੇ ਤੱਕ ਸੁੱਤੇ ਆ ਦੁਪਹਿਰ ਤੋਂ 2 ਵਜੇ ਤੇ ਡਾਲਰ ਆਪਣੇ ਹਿਸਾਬ ਨਾਲ ਠਾਊਗਾ ਹੁਣ ਖੌਫ ਹੈ ਡਾਲਰ ਪਾ ਕੇ ਹੈ ਤਾਂ ਤੇਰੇ ਖੌਫ ਨਾਸ਼ਤਾ ਲਿਆ ਵਾ ਜਿਹੜਾ ਤੁਸੀਂ ਦੁਪਹਿਰੇ 2 ਵਜੇ ਕਰਦੇ ਪਏ ਲੋਕਾਂ ਨੂੰ ਆਪਣੀ ਸੱਚਾਈ ਦੱਸੋ ਕਿ ਤੁਹਾਨੂੰ ਕੁਛ ਗੱਲ ਨੀ ਬਣੀ ਸੋਰੀ ਲੱਡੂ ਇੱਥੇ ਸਾਡਾ ਖੇਡਣ ਡਿਆ ਪਤਾ ਨੀ ਖੇਲਦਾ ਕੀ ਹੈ ਪਰ ਖੇਲਦਾ ਹੈਗਾ ਕੁਛ ਨਾ ਕੁਛ ਸੋ ਇੱਥੇ ਅਜੇ ਭਾਬੀ ਦੇ ਹੋਰ ਜਾਦੂ ਆਪਨੇ ਬੋਲਾ ਨਹੀਂ ਇੱਕ ਮਿੰਟ ਆਪਨੇ ਬੋਲਾ ਕਿ ਮੇਰੇ ਸੇ ਅੱਛਾ ਤੇ ਮੈਂ ਬਾਤ ਕਰ ਰਹਾ ਹਾਂ ਭਾਬੀ ਓਕੇ ਲੜਾਈ ਹੋ ਰਹੀ ਹੈ ਭਾਬੀ ਮੈਂ ਬਾਤ ਕਰ ਰਹਾ ਹਾਂ ਮਜ਼ਾਕ ਕੀ ਬਾਤ ਨਹੀਂ ਹੈ ਲੜਾਈ ਹੋ ਰਹੀ ਹੈ ਮੈਂ ਜੇ ਮੈਂ ਇਹਨਾਂ ਨੂੰ ਪੁੱਛਿਆ ਤੁਹਾਨੂੰ ਆਂਦਾ ਕਹਿੰਦੇ ਆਪਸੀ ਅੱਛਾ ਹੱਥ ਹੈ ਸਿੱਧਾ ਕਹਿ ਦੋ ਕਿ ਆਂਦਾ ਆਪਸੀ ਅੱਛਾ ਦਾ ਕੀ ਮੇਰੇ ਤੋਂ ਵਧੀਆ ਕੋਈ ਹੈਗਾ ਇੱਥੇ ਨਹੀਂ ਮੇਰੇ ਤੋਂ ਵਧੀਆ ਕੋਈ ਹੈਗਾ ਆਪਸੀ ਅੱਛੇ ਦਾ ਕੀ ਮਤਲਬ ਹੋਇਆ ਯਾਰ ਮਜ਼ਾਕ ਆ ਕਿਤੇ ਯਾਰ ਆਪਸੀ ਅੱਛਾ ਕੀ ਆਪਸੀ ਅੱਛਾ ਲੜੋ ਲੜੋ ਹੱਦਾ ਯਾਰ ਬਈ ਯਾਰ ਹਾਂ ਯਾਰ ਮੈਂ ਗੁੱਸਾ ਹੋ ਜਾਗਾ ਠੀਕ ਹੈ ਕੰਟੈਂਟ ਬਣ ਜੂ ਤਾ ਸੋ ਗਾਇਸ ਐਡੀ ਭੌਂਕਣ ਲੱਗ ਪਿਆ ਜਿੱਦਾਂ ਮੈਂ ਭੌਂਕਦਾ ਪਿਆ ਸਵੇਰ ਦਾ ਉਦਾਂ ਐਡੀ ਭੌਂਕਣ ਲੱਗ ਗਿਆ ਫਿਲਹਾਲ ਆਪਾਂ ਜਾਵਾਂਗੇ ਅੱਜ ਕਿਊਰੋ ਵੱਲ ਉੱਥੇ ਕੋਈ ਗੇਮਿੰਗ ਸੈਂਟਰ ਬਣਿਆ ਹੋਇਆ ਵਾ ਜਾਂ ਪਤਾ ਨਹੀਂ ਪਹਿਲਾਂ ਤਾਂ ਮੈਂ ਕਦੀ ਗਿਆ ਨਹੀਂ ਉੱਥੇ ਤੇ ਹੁਣ ਮੈਂ ਫਟਾਫਟ ਨਹਾ ਧੋ ਕੇ ਰੈਡੀ ਹੋ ਜਾਂ ਤੇ ਮੇਰਾ ਮਨ ਕਰਦਾ ਵਾ ਪਹਿਲਾਂ ਮੈਂ ਬੀਅਡ ਵਗੈਰਾ ਸੈੱਟ ਕਰਾਉਣਾ ਤਾਂ ਤੁਸੀਂ ਦੱਸੋ ਮੈਂ ਕੀ ਕਰਾਂ ਜਾਂ ਜਦੋਂ ਤੱਕ ਤੁਸੀਂ ਦੱਸਣਾ ਉਦੋਂ ਤੱਕ ਮੈਂ ਕੁਝ ਕਰਾ ਲੈਣਾ ਮੈਂ ਬੀਅਡ ਸੈੱਟ ਕਰਾ ਕੇ ਫਿਰ ਤੁਹਾਨੂੰ ਮਿਲਦਾ ਵਾ ਚਲੋ ਹਾਈ ਕਹਿ ਦੋ ਸਭ ਨੂੰ ਮੈਂ ਬੀਅਡ ਫੱਕ ਲੱਗ ਗਿਆ ਈ ਚਲ ਮੈਨੂੰ ਦੱਸ ਮੈਂ ਬੀਅਡ ਸੈੱਟ ਕਰਾਵਾਂ ਕਿ ਨਾ ਕਰਾਵਾਂ ਕਿਹੜੀ ਲੈਂਗੁਏਜ ਹੈ ਓਏ 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 ਉਹ ਤੂੰ ਫੁੱਦੂ ਓਏ ਚੱਲ ਓਏ ਬੜੀ ਜ਼ੋਰ ਦੀ ਮਾਰੀ ਤੂੰ ਗਾਇਸ ਲੱਡੂ ਕੁੱਟਣ ਲੱਗ ਪਿਆ ਮੈਂ ਆਇਆ ਸੋ ਗਾਇਸ ਸੁਹਾਣੇ ਸੁਹਾਣੇ ਮੌਸਮ ਦੇ ਨਾਲ ਮੈਂ ਤੇ ਅੱਜ ਜਾ ਰਹੇ ਹਾਂ ਕਿੱਥੇ ਜਾ ਰਹੇ ਹਾਂ ਸੋ ਗਾਇਸ ਆਪਾਂ ਦੋਨੇ ਅੱਜ ਜਾ ਰਹੇ ਹਾਂ ਵਾਲ ਸੈੱਟ ਕਰਵਾਉਣ ਦਾੜੀ ਸੈੱਟ ਕਰਵਾਉਣ ਬਿਕੋਜ਼ ਜਿਹੜੀ ਦਾੜੀ ਦੇ ਵਾਲ ਆ ਬਹੁਤ ਵੱਧ ਚੁੱਕੇ ਆ ਮੈਂ ਸੋਚਦਾ ਕਿ ਮੈਂ ਵਾਲਾਂ ਦਾ ਕਲਰ ਚੇਂਜ ਕਰਾਉਣਾ ਮੈਂ ਸੋਚ ਰਿਹਾ ਮੈਂ ਕਰਾ ਲਾ ਬੇਬੀ ਪਿੰਕ ਬੇਬੀ ਪਿੰਕ ਆ ਪਿੰਕ ਕਲਰ ਤੇ ਤੇਰੇ ਬਹੁਤ ਚਚਲਾ ਕਿਉਂਕਿ ਤੇਰਾ ਮੂੰਹ ਵਾਈਟ ਆ ਬਲੈਕ ਨਹੀਂ ਹੈਗਾ ਬਟ ਤੂੰ ਹੈਗਾ ਕਾਲੀਆ 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 ਨੋਨਾ ਤੂੰ ਅੱਜ ਤੂੰ ਪਤਾ ਕਿਹਦੇ ਲਗਾਵਾ ਸੇਮ ਟੂ ਸੇਮ ਦੇਗਾ ਆ ਬਈ ਕੀ ਕਰ ਰਹਾ ਬਈ ਥੋੜੀ ਤਮੀਜ਼ ਕੋ ਬਾਤ ਹੋ ਜੂ ਬਸ ਤੂੰ ਸੱਚੀ ਇਹਦੇ ਵਰਗਾ
ਮੈਨੂੰ ਤਵੀਜ਼ ਨਹੀਂ ਹੈਗੀ, ਮੇਰੀ ਗੱਲ ਸੁਣ ਲੈ ਤੂੰ ਸੱਚੀ ਉਹਦੇ ਵਰਗਾ ਵਾ, ਮੰਨ ਲੈ ਗੱਲ ਤੁਹਾਨੂੰ ਮਿਲਦਾ ਦੇਖ ਲੋ 4 ਵਜੇ ਲੱਗੇ ਆ ਤੇ ਆਪਾਂ ਐਕਚੁਅਲੀ ਮੈਂ ਡੋਲਰ ਤੇ ਅੰਸ਼ੂ ਨੇ ਜਾਣਾ ਸੀਗਾ ਕਿਤੇ ਕੰਮ ਵੀ ਨਹੀਂ, ਮਤਲਬ ਵਲੌਗ ਹੀ ਬਣਾਉਣਾ ਸੀਗਾ ਆਪਾਂ ਉੱਥੇ ਜਾਣਾ ਸੀਗਾ, ਇੰਜੋਏ ਕਰਨਾ ਸੀਗਾ ਨਾਲੇ ਤੁਹਾਨੂੰ ਵੀ ਇੰਜੋਏਮੈਂਟ ਕਰਾਉਣਾ ਸੀਗਾ ਵਲੌਗ ਦੇ ਨਾਲ ਨਾਲ। ਪਰ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਮੇਰੀ ਕਿਸਮਤ ਹੈਗੀ ਹੈ ਖਰਾਬ, ਤੇ ਆਪਾਂ ਜਾ ਰਹੇ ਸੀਗੇ ਯੂਰੋ ਵੱਲ, ਮੈਸ਼ ਕੋਈ ਹੈਗੀ ਹੈ ਜਗ੍ਹਾ ਗੇਮਿੰਗ ਜ਼ੋਨ ਆ ਉਹ, ਤੇ ਉੱਥੇ ਜਾਣਾ ਸੀ ਆਪਾਂ। ਬਟ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਮੰਮੀ ਨੇ ਕਰਤਾ ਕੰਮ ਔਖਾ, ਮੰਮੀ ਕਹਿੰਦੇ ਮੈਂ ਜਾਣਾ ਵਿੱਕੀ ਟੈਕਸਟਾਈਲ, ਉੱਥੋਂ ਦੇ ਲਿਆਉਣੇ ਕੱਪੜੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸਿਲਕ ਦੀਦੀ ਆਏ ਹੋਏ ਆ, ਤੇ ਉਹਨਾਂ ਨੇ ਡੇਲੀ ਕਿਤੇ ਨਾ ਕਿਤੇ ਜਾਣਾ ਹੁੰਦਾ ਤੇ ਮੇਰੇ ਪਲਾਨ ਤੇ ਪਾਣੀ ਫੇਰਨਾ ਹੁੰਦਾ। ਫਿਲਹਾਲ ਹੁਣ ਆਪਾਂ ਲੱਡੂ ਡਰੋਪ ਕਰਨ ਚੱਲੇ ਹਾਂ ਨਾਨੀ ਮੰਮਾ ਦੇ ਘਰ, ਲੱਡੂ ਡਰੋਪ ਕਰਕੇ ਫਿਰ ਮੈਨੂੰ ਤਾਂ ਲੱਗਦਾ ਮੈਂ ਪਲਾਨ ਕੈਂਸਲ ਹੈ, ਅਗਲਾ ਵਲੌਗ ਦੇਖੋ ਸ਼ਾਇਦ ਆਏਗਾ ਸ਼ਾਇਦ ਨਹੀਂ ਵੀ ਆ ਸਕਦਾ। ਸੋ ਇਸ ਕਰਕੇ ਤੁਸੀਂ ਨਾਲ ਜੁੜੇ ਰਹੋ, ਭਵਾਨ 2 ਭਵਾਨ 4 ਦੇਖਣਾ ਤੁਹਾਡੀ ਜ਼ਿੰਮੇਵਾਰੀ ਹੈ, ਪੋਸਟ ਕਰਨਾ ਮੇਰੀ ਜ਼ਿੰਮੇਵਾਰੀ, ਮੈਂ ਇੱਕ ਦਿਨ ਵੀ ਸਕਿੱਪ ਨਹੀਂ ਹੋਣ ਦੇਵਾਂਗਾ, ਚਾਹੇ ਮੇਰੀ ਵਲੌਗ ਦੀ ਟਾਈਮਿੰਗ 11 ਵਜੇ, ਮੈਂ ਚਾਹੇ 1 ਵਜੇ ਵਲੌਗ ਪਾਵਾਂ ਪਰ ਮੈਂ ਪਾਵਾਂਗਾ ਜ਼ਰੂਰ, ਠੀਕ ਹੈ। ਅਤੇ ਬਾਕੀ ਤਾਂ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਵਲੌਗ ਦੀ ਸਟਾਰਟਿੰਗ 'ਚ ਮੈਂ ਦੱਸਿਆ ਸੀਗਾ, ਬਸ ਥੋੜ੍ਹਾ ਜਿਹਾ ਟਾਈਮ ਹੋਰ ਦੇ ਦਿਓ, ਥੋੜ੍ਹਾ ਜਿਹਾ ਟਾਈਮ ਐਡਜਸਟ ਕਰ ਲਓ, ਬਾਕੀ ਸਾਡੀ ਪੂਰੀ ਫੈਮਿਲੀ ਤੁਹਾਡੇ ਸਾਰਿਆਂ ਲਈ ਹੈ, ਐਂਟਰਟੇਨਮੈਂਟ ਕਰਾਂਗੇ ਤੁਹਾਨੂੰ ਸਾਰਿਆਂ ਨੂੰ, ਫਿਲਹਾਲ ਥੋੜ੍ਹਾ ਜਿਹਾ ਸਮਝੋ। ਬਾਕੀ ਇਸ ਵਲੌਗ ਨੂੰ ਮੈਂ ਇੱਥੇ ਹੀ ਐਂਡ ਕਰ ਲੱਗਾ ਵਾਂ, ਕਿਉਂਕਿ ਅੱਗੇ ਪਤਾ ਨਹੀਂ ਹੁਣ ਲੱਡੂ ਡਰੋਪ ਕਰਨ ਤੋਂ ਬਾਅਦ ਗੱਡੀ ਮੇਰੇ ਕੋਲ ਹੋਣੀ ਹੈ ਨਹੀਂ ਹੋਣੀ, ਅਤੇ ਜੇ ਮੇਰੇ ਕੋਲ ਗੱਡੀ ਨਾ ਹੋਈ ਤਾਂ ਮੈਂ ਆਰਾਮ ਨਾਲ ਜਾਵਾਂਗਾ ਜਿੰਮ, ਕਿਉਂਕਿ ਕੱਲ੍ਹ ਵੀ ਮੇਰੀ ਜਿੰਮ ਸਕਿੱਪ ਹੋ ਗਈ ਸੀ ਹਵੇਲੀ ਜਾਣ ਕਰਕੇ। ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਲੱਗੀ ਹੋਏਗੀ ਵਧੀਆ 'ਚ ਵਧੀਆ ਲੱਗੇ, ਡੂ ਲੈ ਕੇ ਵਿਸ਼ੇ, ਬਾਕੀ ਮਿਲਦਾ ਤੁਹਾਨੂੰ ਨੈਕਸਟ ਵੀਡੀਓ ਵਿੱਚ, ਲਵ ਯੂ। ਨਏ ਹੋ ਤੋ ਸਬਸਕ੍ਰਾਈਬ ਕਰੋ, ਵੋ ਜੋ ਲਾਲ ਵਾਲਾ ਬਟਨ ਹੈ ਉਸ ਪੇ ਫੂਟ ਫੇਂਕ ਕੇ ਮਾਰੋ ਜਾਂ ਫਿਰ ਮੋਮਬੱਤੀ, ਮੁਝੇ ਨਹੀਂ ਪਤਾ, ਬਸ ਕਲਿੱਕ ਹੋ ਜਾਣਾ ਚਾਹੀਏ। ਅਬ ਮੈਂ ਵੀ ਜਾ ਰਹਾ ਹੂੰ, ਮੁਝੇ ਪੈਸੋਂ ਕੇ ਪੀਛੇ ਭਾਗਨਾ ਹੈ, ਬਾਏ।